ਅਸਾਂ ਬਾਬਾ ਫਰੀਦ ਦੀ ਸ਼ਾਇਰੀ ਵੇਖੀ। ਬਾਬਾ ਫਰੀਦ ਦੀ ਸ਼ਾਇਰੀ ਥੋੜ੍ਹੀ ਜਿਹੀ ਮੁਸ਼ਕਲ ਸਨ, ਥੋੜ੍ਹੇ ਜਿਹੇ ਵਰਡਸ ਜ਼ਰਾ ਮੁਸ਼ਕਲ ਸਨ ਉਹਦੇ ਵਿੱਚ, ਅਤੇ ਕਿਉਂਕਿ ਬਾਬਾ ਫਰੀਦ ਜਿਹੜੇ ਸਨ ਉਹ ਬਹੁਤ ਪਹਿਲੇ ਸ਼ਾਇਰ ਸਨ, ਅੱਜ ਤੋਂ ਕੋਈ 1000 ਸਾਲ ਪਹਿਲੇ ਦੇ ਸ਼ਾਇਰ ਸਨ। ਹੁਣ ਅਸਾਂ ਸ਼ਾਹ ਹੁਸੈਨ ਦੀ ਸ਼ਾਇਰੀ ਵੇਖਾਂਗੇ। ਸ਼ਾਹ ਹੁਸੈਨ ਦੀ ਸ਼ਾਇਰੀ ਥੋੜ੍ਹੀ ਜਿਹੀ ਮਾਡਰਨ ਲੱਗੇਗੀ ਤੁਹਾਨੂੰ, ਕਿਉਂਕਿ ਅੱਜ ਤੋਂ ਸਿਰਫ 500 ਸਾਲ ਪਹਿਲੇ ਦੇ ਸ਼ਾਇਰ ਨੇ। ਅਤੇ ਸ਼ਾਹ ਹੁਸੈਨ ਨੇ ਆਪਣੀ ਸ਼ਾਇਰੀ ਕਾਫੀਆਂ ਦੀ ਸ਼ਕਲ ਵਿੱਚ ਲਿਖੀ। ਅਤੇ ਕਾਫੀ ਕੀ ਹੁੰਦੀ ਹੈ, ਅਤੇ ਤੁਸਾਂ ਆਪਦਾ ਪਰਵੀਨ ਦੀਆਂ ਕਾਫੀਆਂ ਤਾਂ ਸੁਣੀਆਂ ਹੋਣਗੀਆਂ ਮਿਊਜ਼ਿਕ ਵਿੱਚ, ਅਤੇ ਉਹ ਕਾਫੀ ਹੁੰਦੀ ਕੀ ਹੈ, ਉਹ ਵੀ ਅਸਾਂ ਅੱਜ ਵੇਖਾਂਗੇ। ਅਤੇ ਸ਼ਾਹ ਹੁਸੈਨ ਦੀ ਸ਼ਾਇਰੀ ਦੇ ਚੀਦਾ ਚੀਦਾ ਗੱਲਾਂ ਅਸਾਂ ਵੇਖਾਂਗੇ। ਫਿਰ ਸ਼ਾਹ ਹੁਸੈਨ ਜਿਹੜੇ ਹੈ ਉਹਨਾਂ ਦੀ ਸ਼ਾਇਰੀ ਵਿੱਚ ਅਲਾਮਤਾਂ ਬੜੀਆਂ ਨਜ਼ਰ ਆਉਂਦੀਆਂ ਨੇ। ਪੇਪਰ ਵਿੱਚ ਇਹ ਸਵਾਲ ਆਇਆ ਸਨ 2018 ਵਿੱਚ ਕਿ ਸ਼ਾਹ ਹੁਸੈਨ ਦੀ ਸ਼ਾਇਰੀ ਨੂੰ ਅਲਾਮਤਾਂ ਦੇ ਹਵਾਲੇ ਦੇ ਨਾਲ ਡਿਸਕਸ ਕਰੋ। ਅਸੀਂ ਇਹ ਵੀ ਵੇਖਾਂਗੇ ਕਿ ਅਲਾਮਤਾਂ ਕੀ ਹੁੰਦੀਆਂ ਨੇ, ਅਤੇ ਸ਼ਾਇਰੀ ਵਿੱਚ ਅਲਾਮਤਾਂ ਨੂੰ ਕਿੰਝ ਐਕਸਪਲੇਨ ਕਰੀਦਾ ਹੈ ਜਾਂ ਕਿੰਝ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਅਤੇ ਐਮ ਸੀ ਕਿਊ ਵਾਸਤੇ ਅਤੇ ਸ਼ਾਇਰ ਦੇ ਤਾਰੁਫ ਵਾਸਤੇ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੈ ਨੇ ਉਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਜ਼ਰਤ ਸ਼ਾਹ ਹੁਸੈਨ ਨੇ ਕਾਫੀਆਂ ਜਿਹੜੀਆਂ ਲਿਖੀਆਂ। ਉਹ ਤੋਂ ਬਾਅਦ ਵਿੱਚ ਗੱਲ ਆਵੇਗੀ, ਸਭ ਤੋਂ ਪਹਿਲਾਂ ਅਸਾਂ ਇਹਨਾਂ ਦੇ ਐਮ ਸੀ ਕਿਊ ਦੇ ਹਵਾਲੇ ਨਾਲ ਇੰਪੋਰਟੈਂਟ ਚੀਜ਼ਾਂ ਹੈ ਕਿ ਸ਼ਾਹ ਹੁਸੈਨ 1538 ਵਿੱਚ ਪੈਦਾ ਹੋਏ ਸਨ ਅਤੇ 1601 ਵਿੱਚ ਫੋਤ ਹੋਏ। ਅਤੇ ਇਹ ਕਿਹੜਾ ਦੌਰ ਸਨ, ਇਹ ਦੌਰ ਸਨ ਜਦੋਂ ਬਾਬਰ ਬਾਦਸ਼ਾਹ ਅਤੇ ਹੁਮਾਯੂੰ ਬਾਦਸ਼ਾਹ ਦੀ ਹਕੂਮਤ ਸਨ, ਮੁਗਲਾਂ ਦਾ ਦੌਰ ਸ਼ੁਰੂ ਹੋਇਆ ਸਨ। ਅਤੇ 1601 ਵਿੱਚ ਜਦੋਂ ਫੋਤ ਹੋਏ ਅਤੇ ਉਦੋਂ ਜਹਾਂਗੀਰ ਬਾਦਸ਼ਾਹ ਦਾ ਟਾਈਮ ਆ ਚੁੱਕਿਆ ਸਨ। ਅਤੇ ਪੰਜਾਬੀ ਦੇ ਦੂਜੇ ਵੱਡੇ ਸ਼ਾਇਰ ਨੇ। ਅਤੇ ਹੁਣ ਤੁਸੀਂ ਪੁੱਛੋਗੇ ਪਹਿਲੇ ਵੱਡੇ ਸ਼ਾਇਰ ਕੌਣ ਸਨ, ਪਹਿਲੇ ਵੱਡੇ ਸ਼ਾਇਰ ਅਸੀਂ ਪੜ੍ਹ ਚੁੱਕੇ ਹਾਂ, ਬਾਬਾ ਫਰੀਦ ਪੰਜਾਬੀ ਦੇ ਪਹਿਲੇ ਵੱਡੇ ਸ਼ਾਇਰ ਸਨ। ਅਤੇ ਰਿਹਾਇਸ਼ ਇਹਨਾਂ ਦੀ ਅੰਦਰੂਨੇ ਲਾਹੌਰ ਵਿੱਚ ਟਕਸਾਲੀ ਗੇਟ ਵਿੱਚ ਸਨ। ਜੁਲਾਏ ਦਾ ਪੇਸ਼ਾ ਇਖਤਿਆਰ ਕੀਤਾ ਸਨ ਇਹਨਾਂ ਨੇ। ਬਰਾਦਰੀ ਇਹਨਾਂ ਦੀ ਕਲਸਰਾਏ ਰਾਜਪੂਤ ਸਨ, ਅਤੇ ਇਹ ਅਕਸਰ ਐਮ ਸੀ ਕਿਊਜ਼ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਸ਼ਾਹ ਹੁਸੈਨ ਦੀ ਬਰਾਦਰੀ ਕਿਹੜੀ ਸਨ, ਤੁਸੀਂ ਆਖਣਾ ਹੈ ਕਿ ਕਲਸਰਾਏ ਰਾਜਪੂਤ, ਠੀਕ ਹੈ। ਅਤੇ ਮੇਲਾ ਚਿਰਾਗਾਂ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ, ਇੱਥੇ ਸ਼ਾਲਾਮਾਰ ਬਾਗ ਦੇ ਲਾਗੇ ਹਰ ਸਾਲ ਮਾਰਚ ਵਿੱਚ ਮੇਲਾ ਚਿਰਾਗਾ ਹੁੰਦਾ ਹੈ, ਅਤੇ ਉਹ ਇਹਨਾਂ ਦੇ ਹੀ ਦਰਬਾਰ 'ਤੇ ਹੁੰਦਾ ਹੈ, ਅਤੇ ਇਹਨਾਂ ਦੇ ਦਰਬਾਰ ਨੂੰ ਆਖੀਦਾ ਹੈ ਦਰਬਾਰ ਮਾਧੂ ਲਾਲ ਹੁਸੈਨ, ਠੀਕ ਹੈ ਜੀ। ਸ਼ਾਹ ਹੁਸੈਨ ਦੇ ਦਰਬਾਰ ਨੂੰ ਆਖੀਦਾ ਹੈ ਦਰਬਾਰ ਮਾਧੂ ਲਾਲ ਹੁਸੈਨ। ਇਹਨਾਂ ਦੀ ਸ਼ਾਇਰੀ ਕਰਨ ਤੋਂ ਪਹਿਲਾਂ ਅਸਾਂ ਵੇਖਦੇ ਹਾਂ ਕਿ ਕਾਫੀ ਕੀ ਹੁੰਦੀ ਹੈ। ਤੁਹਾਨੂੰ ਦੱਸਿਆ ਕਿ ਸ਼ਾਹ ਹੁਸੈਨ ਦੀ ਕਾਫੀ ਹੈ ਸਾਡੇ ਕੋਰਸ ਵਿੱਚ, ਤੇ ਕਾਫੀ ਦੀ ਤਾਰੀਫ ਇਹ ਹੈ ਕਿ ਕੋਈ ਵੀ ਸ਼ਾਇਰੀ ਦਾ ਕਲਾਮ ਜਿਹਦੇ ਵਿੱਚ ਇਸ਼ਕ ਦੇ ਉੱਤੇ ਗੱਲ ਕੀਤੀ ਹੋਵੇ, ਭਾਵੇਂ ਉਹ ਇਸ਼ਕੇ ਹਕੀਕੀ ਹੋਵੇ ਜਾਂ ਭਾਵੇਂ ਇਸ਼ਕੇ ਮਜਾਜ਼ੀ ਹੋਵੇ, ਲੇਕਿਨ ਇਹਦੀ ਜਿਹੜੀ ਰੂਟ ਹੈ ਉਹ ਰੂਹਾਨੀਅਤ ਵੱਲ ਜਾਂਦੀ ਹੋਵੇ, ਉਹ ਸਪਿਰਚੁਅਲ ਸ਼ਾਇਰੀ ਵੱਲ ਜਾਂਦੀ ਹੋਵੇ, ਉਹ ਸਪਿਰਚੁਅਲ ਮੌਜੂਆਂ ਵੱਲ ਜਾਂਦੀ ਹੋਵੇ, ਉਹਨੂੰ ਕਾਫੀ ਆਖਿਆ ਜਾਂਦਾ ਹੈ। ਅਤੇ ਕੁਰਾਨ ਪਾਕ ਦੀ ਇੱਕ ਆਇਤ ਹੈ, ਉਹਨੂੰ ਸਮਝਿਆ ਜਾਂਦਾ ਹੈ ਕਿ ਕਾਫੀ ਦਾ ਇਹ ਮਾਖਜ਼ ਹੈ, ਅਤੇ ਉਹਦੇ ਵਿੱਚ ਹੈ ਕਿ ਵਕਫਾ ਬਿੱਲਾਹੀ ਹਸੀਬਾ, ਸੂਰਤ ਉਨਿਸਾ ਦੀ ਆਇਤ ਹੈ ਕਿ ਬੇਸ਼ੱਕ ਅੱਲਾਹ ਤਾਲਾ ਹੀ ਕਾਰਸਾਜ਼ ਅਤੇ ਅੱਲਾਹ ਤਾਲਾ ਹੀ ਮਦਦਗਾਰ ਹੈ, ਠੀਕ ਹੈ। ਅਤੇ ਇਹ ਚੀਜ਼ ਜਦੋਂ ਅਸੀਂ ਸਮਝ ਲਈਦਾ ਅਤੇ ਅਸੀਂ ਇੱਕ ਤਰ੍ਹਾਂ ਖੁਦਾ ਦੇ ਨਾਲ ਇਸ਼ਕ ਦਾ ਇਜ਼ਹਾਰ ਕਰੀਦਾ ਹੈ ਕਿ ਸਾਡੇ ਵਾਸਤੇ ਸਾਰਾ ਕੁਝ ਉਹੀ ਹੈ, ਅਤੇ ਉਹ ਸਾਡੇ ਵਾਸਤੇ ਕਾਫੀ ਹੋ ਗਿਆ ਹੈ। ਅਤੇ ਕਾਫੀ ਵਿੱਚ ਵੀ ਇਹੀ ਆਖਿਆ ਜਾਂਦਾ ਹੈ ਕਿ ਜਿਸ ਚੀਜ਼ ਨੂੰ ਤੁਸੀਂ ਆਪਣੇ ਵਾਸਤੇ ਮੁਕੰਮਲ ਸਮਝ ਲਓ ਕਿ ਮੇਰੇ ਵਾਸਤੇ ਇਹੀ ਕਾਫੀ ਹੈ, ਉਹਦੇ ਬਾਰੇ ਵਿੱਚ ਗੱਲ ਕਰਨਾ ਸ਼ਾਇਰੀ ਵਿੱਚ ਉਹਨੂੰ ਕਾਫੀ ਆਖਿਆ ਜਾਂਦਾ ਹੈ। ਅਤੇ ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਅਤੇ ਸ਼ਾਹ ਹੁਸੈਨ ਦੀ ਅਲਾਮਤੀ ਸ਼ਾਇਰੀ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਕਿ ਸਵਾਲ ਆ ਜਾਂਦਾ ਹੈ
ਤੇ ਅਲਮ ਦੀ ਸ਼ਾਇਰੀ ਉਹ ਸ਼ਾਇਰੀ ਹੁੰਦੀ ਹੈ ਜਿਹਦੇ ਵਿੱਚ ਕੋਈ ਡਾਇਰੈਕਟ ਗੱਲ ਨਾ ਕੀਤੀ ਹੋਵੇ ਕਿ ਇਹ ਕੰਮ ਕਰ ਲਓ ਇਹ ਨਾ ਕਰੋ, ਬਲਕਿ ਉਹਨੂੰ ਥੋੜ੍ਹਾ ਜਿਹਾ ਅਲਾਮਤਾਂ ਦਾ ਜਾਮਾ ਪਹਿਨਾਇਆ ਹੋਇਆ ਹੋਵੇ, ਉਹਨੂੰ ਥੋੜ੍ਹਾ ਜਿਹਾ ਜਿਹੜਾ ਹੈ ਨਾ ਆਪਣਾ ਕਿਸੇ ਫਿਗਰੇਟਿਵਲੀ ਗੱਲ ਕੀਤੀ ਹੋਵੇ, ਕੋਈ ਸੂਰਜ ਦਾ ਜ਼ਿਕਰ ਕੀਤਾ ਹੋਵੇ ਲੇਕਿਨ ਅਸਲ ਵਿੱਚ ਉਹ ਸੂਰਜ ਨਾ ਹੋਵੇ, ਉਹ ਕੋਈ ਚੰਗਾ ਬੰਦਾ ਹੋਵੇ, ਜਾਂ ਕਿਸੇ ਚਾਂਦ ਦਾ ਜ਼ਿਕਰ ਕੀਤਾ ਹੋਵੇ ਉਹ ਚਾਂਦ ਨਾ ਹੋਵੇ, ਕੋਈ ਰੋਸ਼ਨ ਬੰਦਾ ਹੋਵੇ, ਠੀਕ ਹੈ, ਜਾਂ ਹਨੇਰੇ ਦਾ ਜ਼ਿਕਰ ਕੀਤਾ ਹੋਵੇ ਲੇਕਿਨ ਉਹ ਹਨੇਰਾ ਰਾਤ ਵਾਲਾ ਹਨੇਰਾ ਨਾ ਹੋਵੇ, ਉਹ ਜ਼ੁਲਮਤ ਅਕਲ ਦਾ ਹਨੇਰਾ ਹੋਵੇ ਜਾਂ ਫਿਰ ਉਹ ਇਖਲਾਕ ਦਾ ਹਨੇਰਾ ਹੋਵੇ, ਠੀਕ ਹੈ, ਅਤੇ ਬੁਰੇ ਇਖਲਾਕ ਦਾ ਹਨੇਰਾ ਹੋਵੇ, ਅਤੇ ਇਸ ਚੀਜ਼ ਨੂੰ ਅਲਾਮਤ ਆਖਿਆ ਜਾਂਦਾ ਹੈ। ਅਤੇ ਸ਼ਾਹ ਹੁਸੈਨ ਨੇ ਦੋ ਤਰ੍ਹਾਂ ਦੀਆਂ ਅਲਾਮਤਾਂ ਇਸਤੇਮਾਲ ਕੀਤੀਆਂ, ਇੱਕ ਸਨ ਅਫਾਕੀ ਅਲਾਮਤਾਂ। ਅਫਾਕੀ ਅਲਾਮਤਾਂ ਉਹ ਅਲਾਮਤਾਂ ਹੁੰਦੀਆਂ ਨੇ ਜਿਹੜੀਆਂ ਗਲੋਬਲ ਹੁੰਦੀਆਂ ਨੇ, ਜਿਹੜੀ ਦੁਨੀਆ ਵਿੱਚ ਕਿਸੇ ਵੀ ਬੰਦੇ ਨੂੰ ਸਿੰਬਲ ਸਮਝ ਆ ਸਕਦਾ ਹੈ, ਮਸਲਨ ਸੂਰਜ, ਚੰਨ, ਹਨੇਰਾ, ਤਾਰੇ ਵਗੈਰਾ, ਸਾਰਿਆਂ ਨੂੰ ਇਹਦਾ ਪਤਾ ਲੱਗ ਜਾਵੇਗਾ ਕਿ ਇਹ ਕਿਸ ਮਾਨੀ ਵਿੱਚ ਇਸਤੇਮਾਲ ਕੀਤਾ ਗਿਆ ਹੈ। ਅਤੇ ਇਸ ਤੋਂ ਇਲਾਵਾ ਸ਼ਾਹ ਹੁਸੈਨ ਨੇ ਪੰਜਾਬ ਦੇ ਕਲਚਰ ਅਤੇ ਪੰਜਾਬ ਦੇ ਰਹਿਤਲ ਬਹਿਤਲ, ਰਹਿਣ ਸਹਿਣ ਦੇ ਬਾਰੇ ਵਿੱਚ ਅਲਾਮਤਾਂ ਇਸਤੇਮਾਲ ਕੀਤੀਆਂ, ਉਹਨੂੰ ਆਖਿਆ ਜਾਂਦਾ ਹੈ ਰਹਿਤਲੀ ਅਲਾਮਤਾਂ, ਯਾਨੀ ਕਲਚਰਲ ਸਿੰਬਲਸ। ਅਤੇ ਉਹਦੇ ਵਿੱਚ ਪੰਜਾਬ ਦੇ ਕਲਚਰ ਤੋਂ ਮਖਸੂਸ ਸਿੰਬਲ ਆਉਂਦੇ ਨੇ ਜਿਵੇਂ ਚਰਖਾ ਹੋ ਗਿਆ, ਦਾਜ ਯਾਨੀ ਜਹੇਜ਼ ਹੋ ਗਿਆ, ਵੋਟੀ ਯਾਨੀ ਦੁਲਹਨ ਹੋ ਗਿਆ, ਅਤੇ ਇਹ ਚੀਜ਼ਾਂ ਤੁਸੀਂ ਅੱਗੇ ਦੇਖੋਗੇ। ਅਤੇ ਹੈਵਿੰਗ ਸੈਡ ਦੈਟ ਕਿ ਅਸਾਂ ਕਾਫੀ ਦੀ ਐਗਜ਼ਾਮਪਲ ਅਤੇ ਅਲਾਮਤੀ ਸ਼ਾਇਰੀ ਦਾ ਥੋੜ੍ਹਾ ਜਿਹਾ ਤਾਰੁਫ ਵੇਖ ਲਿਆ, ਹੁਣ ਅਸਾਂ ਸ਼ਾਹ ਹੁਸੈਨ ਦੀ ਸ਼ਾਇਰੀ ਅਤੇ ਉਹਦੇ ਚੀਦਾ ਚੀਦਾ ਪੁਆਇੰਟਸ ਡਿਸਕਸ ਕਰਨਾ ਸ਼ੁਰੂ ਕਰਦੇ ਹਾਂ। ਸ਼ਾਹ ਹੁਸੈਨ ਵੀ ਇੱਕ ਮਲਾਮਤੀ ਸ਼ਾਇਰ ਸਨ, ਉਹ ਇਸ ਚੀਜ਼ ਨੂੰ ਬਿਲੀਵ ਕਰਦੇ ਸਨ ਕਿ ਆਪਣੇ ਆਪ ਦੇ ਉੱਤੇ ਮੁਕੰਮਲ ਮਲਾਮਤ ਕੀਤੀ ਜਾਵੇ ਕਿ ਮੈਂ ਕੁਝ ਨਹੀਂ ਹੈ, ਅਤੇ ਉਹਨਾਂ ਨੇ ਜਿਹੜਾ ਕਲਾਮ ਆਪਣਾ ਲਿਖਿਆ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਵੀ ਜਗ੍ਹਾ ਜਗ੍ਹਾ ਮਿਲਦਾ ਹੈ। ਅਤੇ ਇਸ ਤੋਂ ਇਲਾਵਾ ਸੂਫੀ ਸ਼ਾਇਰ ਸਨ, ਅਤੇ ਇਹਨਾਂ ਦੀ ਸ਼ਾਇਰੀ ਵਿੱਚ ਦੁਨੀਆ ਦੀ ਬੇਸਬਾਤੀ, ਅਖਲਾਕੀਅਤ ਦਾ ਦਰਸ, ਖੁਦਾ ਦੇ ਉੱਤੇ ਈਮਾਨ ਵਗੈਰਾ ਵਗੈਰਾ ਸਾਰਾ ਕੁਝ ਸ਼ਾਮਿਲ ਹੈ, ਅਤੇ ਉਹ ਅਸਾਂ ਇੱਕ ਇੱਕ ਕਰਕੇ ਵੇਖਦੇ ਜਾਂਦੇ ਹਾਂ। ਦੁਨੀਆ ਦੀ ਬੇਸਬਾਤੀ ਦੇ ਉੱਤੇ ਇਹਨਾਂ ਨੇ ਗੱਲ ਕੀਤੀ, ਇਹਨਾਂ ਦਾ ਸ਼ੇਰ ਵੇਖੋ ਕਿ ਕਾਫੀ, ਵੇਖੋ ਇਹ ਕਾਫੀ ਹੈ ਪੂਰੀ। ਦੁਨੀਆ ਤੋਂ ਮਰ ਜਾਣਾ ਵਤ ਨਾ ਆਉਣਾ, ਯਾਨੀ ਦੁਨੀਆ ਦੇ ਉੱਤੋਂ ਅਸਾਂ ਮਰ ਜਾਣਾ ਹੈ, ਵਤ ਨਾ ਆਉਣਾ, ਦੁਬਾਰਾ ਇੱਥੇ ਕਦੇ ਨਹੀਂ ਆਉਣਾ, ਕਿ ਇਹ ਸੋਚੋ ਕਿ ਜੀ ਮੈਂ ਫਿਰ 100 ਸਾਲ ਬਾਅਦ ਜ਼ਿੰਦਾ ਹੋ ਕੇ ਇੱਥੇ ਆ ਜਾਵਾਂਗਾ, ਨਹੀਂ, ਦੁਨੀਆ ਤੋਂ ਇੱਕ ਵਾਰੀ ਮਰ ਗਏ ਤਾਂ ਫਿਰ ਮਰ ਜਾਣਾ ਹੈ। ਜੋ ਕੁਝ ਕੀਤਾ ਬੁਰਾ ਭਲਾ, ਵਰ ਕੀਤਾ ਆਪਣਾ ਪਾਉਣਾ, ਕਿ ਜੋ ਵੀ ਬੁਰਾ ਭਲਾ ਅਸਾਂ ਕੀਤਾ ਹੋਵੇਗਾ ਉਹੀ ਚੀਜ਼ ਅਸਾਂ ਅਗਲੀ ਦੁਨੀਆ ਵਿੱਚ ਜਾ ਕੇ ਉਹਦੇ ਉੱਤੇ ਸਾਨੂੰ ਜਜ਼ਾ ਜਾਂ ਸਜ਼ਾ ਮਿਲੇਗੀ, ਠੀਕ ਹੈ। ਫਿਰ ਖੁਦਾ ਦੇ ਬਾਰੇ 'ਚ ਗੱਲ ਕੀਤੀ ਹੈ ਕਿ ਆਦਮੀ ਨੂੰ ਫਿਰ ਮੁਰਦਾ ਕੀਤਾ, ਖੁਦਾ ਨੇ ਆਦਮੀ ਨੂੰ ਮੁਰਦਾ ਕਰ ਦਿੱਤਾ, ਯਾਨੀ ਜ਼ਿੰਦਾ ਇਨਸਾਨ ਨੂੰ ਮੁਰਦਾ ਕਰਨਾ ਖੁਦਾ ਦੇ ਅਖਤਿਆਰ ਵਿੱਚ ਹੈ। ਮਿੱਤਰ ਪਿਆਰਿਆਂ ਤੇਰਾ ਚੋਲਾ ਸੀਤਾ, ਚੋਲਾ ਮਤਲਬ ਡਰੈਸ ਹੁੰਦਾ ਹੈ ਲੇਕਿਨ ਇੱਥੇ ਚੋਲਿਆਂ ਦਾ ਮਤਲਬ ਹੈ ਕਫਨ। ਮਿੱਤਰ ਪਿਆਰੇ, ਪਿਆਰੇ ਦੋਸਤ, ਗੌਰਜ਼ ਪਹੁੰਚਾਉਣਾ ਕਿ ਕੋਈ ਦੋਸਤ ਦੁਸਤ ਕੰਮ ਨਹੀਂ ਆਵੇਗਾ, ਜਦੋਂ ਮਰ ਜਾਵੋਗੇ ਤੇ ਫਿਰ ਤੁਹਾਨੂੰ ਚੋਲਾ ਪਵਾਉਣਗੇ ਚਿੱਟੇ ਰੰਗ ਦਾ, ਤੇ ਚੁੱਕ ਕੇ ਤੈਨੂੰ ਕਬਰ ਵਿੱਚ ਦਫਨਾਉਣਗੇ। ਦੁਨੀਆ ਇੱਕ ਬੇਸਬਾਤੀ ਦੀ ਜਗ੍ਹਾ ਹੈ, ਇੱਥੇ ਦਿਲ ਲਾਉਣ ਵਾਲਾ ਜਿਹੜਾ ਹੈ ਉਹ ਹਮੇਸ਼ਾ ਘਾਟੇ ਵਿੱਚ ਰਹਿੰਦਾ ਹੈ, ਤੇ ਇੱਥੇ ਕਦੀ ਵੀ ਤੁਸੀਂ ਦੁਬਾਰਾ ਨਹੀਂ ਆਉਣਾ, ਠੀਕ ਹੈ ਜੀ। ਇਹ ਲੱਗਦਾ ਹੈ ਕਿ ਤੁਹਾਨੂੰ ਸ਼ੇਅਰ ਕਲੀਅਰ ਹੋ ਗਿਆ ਹੈ ਕਿ ਦੁਨੀਆ ਤੋਂ ਮਰ ਜਾਣਾ ਵਤ ਨਾ ਆਉਣਾ, ਜੋ ਕੁਝ ਕੀਤਾ ਬੁਰਾ ਭਲਾ, ਵਰ ਕੀਤਾ ਆਪਣਾ ਪਾਉਣਾ, ਆਦਮੀਓ ਫਿਰ ਮੁਰਦਾ ਕੀਤਾ, ਮਿੱਤਰ ਪਿਆਰਿਆਂ ਤੇਰਾ ਚੋਲਾ ਸੀਤਾ, ਗੌਰਜ਼ ਪਹੁੰਚਾਉਣਾ, ਠੀਕ ਹੈ ਜੀ। ਤੇ ਹਵਾਲੇ ਵਾਸਤੇ ਤੁਸੀਂ ਬਾਬਾ ਫਰੀਦ ਦੀ ਸ਼ਾਇਰੀ ਲਿਖ ਸਕਦੇ ਹੋ ਜਿਹੜੀ ਤੁਸੀਂ ਹੁਣੇ ਪੜ੍ਹੀ ਸਨ, ਕਿ
ਕੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਈ ਪਏ। ਠੀਕ ਹੈ ਜੀ। ਫਿਰ ਬਾਬਾ ਫਰੀਦ ਨੇ ਬਾਬਾ ਸੋਰੀ ਸ਼ਾਹ ਹੁਸੈਨ ਜਿਹੜੇ ਸਨ ਇਹਨਾਂ ਦਾ ਇੱਕ ਮੁਰਸ਼ਦ ਸਨ, ਅਤੇ ਆਪਣੇ ਮੁਰਸ਼ਦ ਬਾਰੇ ਤੋਂ ਜਦੋਂ ਦੂਰ ਹੋਏ ਤਾਂ ਉਹਨਾਂ ਨੇ ਇਹ ਸ਼ੇਰ ਆਖਿਆ ਕਿ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਧੂਆਂ ਦੁੱਖੇ ਮੇਰੇ ਮੁਰਸ਼ਦ ਵਾਲਾ ਜਾਂ ਫੁੱਲਾਂ ਤਾਂ ਲਾਲ। ਆਉਂਦੇ ਨੇ ਕਿ ਆਪਣੀ ਮਾਂ ਨੂੰ ਹੀ ਬੰਦਾ ਬੁਲਾਉਂਦਾ ਹੈ ਜਦੋਂ ਪਰੇਸ਼ਾਨ ਹੁੰਦਾ ਹੈ, ਜਦੋਂ ਕੋਈ ਮੁਸੀਬਤ ਆਉਂਦੀ ਹੈ ਫਿਰ ਆਪਣੀ ਮਾਂ ਨੂੰ ਹੀ ਬੁਲਾਇਆ ਜਾਂਦਾ ਹੈ। ਅਤੇ ਆਉਂਦੇ ਨੇ ਕਿ ਮਾਏ ਨੀ ਮੈਂ ਕਿਹਨੂੰ ਆਖਾਂ ਕਿ ਮੈਂ ਤੈਨੂੰ ਨਾ ਆਖਾਂ ਤਾਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਹਿਜਰਤ ਦੇ ਦਰਦ ਦਾ ਕੰਡੀਸ਼ਨ, ਹਿਜਰਤ ਦਰਦ ਦਾ ਹਾਲ ਮੈਂ ਕਿਹਨੂੰ ਦੱਸਾਂ ਕਿ ਮੇਰੇ ਮੁਰਸ਼ਦ ਤੋਂ ਮੈਂ ਦੂਰ ਹੋ ਗਿਆ ਹੈ, ਅਤੇ ਉਹਦੀ ਯਾਦ ਦਾ ਧੂੰਆਂ ਮੇਰੇ ਅੰਦਰ ਹੈ, ਅਤੇ ਮੇਰੀ ਜਾਨ ਜਿਹੜੀ ਹੈ ਉਹ ਫੁੱਲਾਂ ਤਰ੍ਹਾਂ ਲਾਲ ਹੋ ਗਈ ਹੈ, ਉਹਨੂੰ ਸੋਚ ਸੋਚ ਕੇ ਪਰੇਸ਼ਾਨ ਹੋ ਕੇ। ਲਾਲ ਦੀ ਲਾਮਤ ਹੁੰਦੀ ਹੈ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ, ਬਹੁਤ ਜ਼ਿਆਦਾ ਖੂਨ ਇਕੱਠਾ ਹੋ ਜਾਣਾ ਕਿਤੇ, ਅਤੇ ਕਹਿੰਦੇ ਨੇ ਕਿ ਬੰਦਾ ਲਾਲ ਹੋ ਗਿਆ ਹੈ। ਠੀਕ ਹੈ। ਅਤੇ ਆਉਂਦੇ ਨੇ ਕਿ ਮੇਰੀ ਜਾਨ ਲਾਲ ਹੋ ਗਈ ਹੈ ਆਪਣੇ ਮੁਰਸ਼ਦ ਦੀ ਦੂਰੀ ਤੋਂ, ਉਹਦਾ ਧੂੰਆਂ ਜਿਹੜਾ ਹੈ ਮੇਰੇ ਅੰਦਰ ਧੁੱਕ ਰਿਹਾ ਹੈ, ਉਹਦੇ ਅੰਦਰ ਮੈਨੂੰ ਖਾਂਸੀ ਕਰਾ ਰਿਹਾ ਹੈ, ਮੇਰੇ ਵਾਸਤੇ ਜਿਹੜਾ ਹੈ ਉਹ ਬੜਾ ਟਫ ਹੋ ਗਿਆ ਉਸ ਤੋਂ ਬਗੈਰ ਰਹਿਣਾ। ਅਤੇ ਇਹ ਮੁਰਸ਼ਿਦ ਵਾਸਤੇ ਵੀ ਸ਼ੇਰ ਆ ਸਕਦਾ ਹੈ, ਇਹ ਸ਼ੇਰ ਜਿਹੜਾ ਹੈ ਮਹਿਬੂਬ ਵਾਸਤੇ ਵੀ ਆ ਸਕਦਾ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਵੀ ਆ ਸਕਦਾ ਹੈ ਕਿ ਮੈਂ ਉਹਨਾਂ ਦੇ ਨਾਲ ਮਿਲਣਾ ਚਾਹੁੰਦਾ ਹੈ, ਮੈਂ ਹੁਣ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਠੀਕ ਹੈ ਜੀ। ਅਤੇ ਹਵਾਲੇ ਦੇ ਤੌਰ 'ਤੇ ਹਜ਼ਰਤ ਸੁਲਤਾਨ ਬਾਹੂ ਦਾ ਇੱਕ ਸ਼ੇਰ ਹੈ, ਅੱਗੇ ਸਾਡੇ ਕੋਰਸ ਵਿੱਚ ਵੀ ਆਵੇਗਾ ਕਿ ਅਲੀ ਫੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ, ਨਫੀ ਅਸਬਾਤ ਦਾ ਪਾਣੀ ਮਿਲ ਸੀ ਹਰ ਰੱਗੇ ਹਰ ਜਾਈ ਹੂ। ਇਹ ਤੁਸੀਂ ਕੋਟ ਕਰ ਸਕਦੇ ਹੋ, ਇਹ ਸ਼ੇਰ ਥੋੜ੍ਹਾ ਮੁਸ਼ਕਿਲ ਹੈ, ਲੇਕਿਨ ਹਜ਼ਰਤ ਸੁਲਤਾਨ ਬਾਹੂ ਦਾ ਜਦੋਂ ਟੌਪਿਕ ਪੜ੍ਹਾਂਗੇ ਤਾਂ ਉਦੋਂ ਤੁਹਾਨੂੰ ਇੱਕ ਸ਼ੇਰ ਮੈਂ ਨਾਲ ਹੀ ਕਲੀਅਰ ਕਰ ਦੇਵਾਂਗਾ। ਫਿਰ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਹਕੀਕਤ ਜਿਹੜੀ ਹੈ ਉਹ ਇਹ ਹੈ ਕਿ ਇਹਨੇ ਖਤਮ ਹੋ ਜਾਣਾ ਹੈ। ਠੀਕ ਹੈ। ਅਤੇ ਸਭ ਤੋਂ ਵੱਡਾ ਸੱਚ ਇਹ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਦੁਨੀਆ ਵਿੱਚ ਹਰ ਬੰਦਾ ਆਪਣੇ ਮਤਲਬ ਦੇ ਨਾਲ ਤੁਹਾਨੂੰ ਚਾਹੁੰਦਾ ਹੈ, ਮੁਹੱਬਤ ਹੁੰਦੀ ਹੈ ਅਤੇ ਉਹਦੇ ਪਿੱਛੇ ਵੀ ਕੁਛ ਨਾ ਕੁਛ ਮਤਲਬ ਪੋਸ਼ੀਦਾ ਹੁੰਦਾ ਹੈ। ਅਤੇ ਇਹੀ ਗੱਲ ਸ਼ਾਹ ਹੁਸੈਨ ਨੇ ਆਖੀ ਹੈ ਕਿ ਦੁਨੀਆ ਤਾਲਬ ਮਤਲਬ ਦੀ ਵੋ, ਦੁਨੀਆ ਤਾਲਬ ਮਤਲਬ ਦੀ ਵੋ, ਸੱਚ ਸੁਣ ਵੋ ਫਕੀਰਾ, ਮਤਬਲ ਆਵੇ ਮਤਬਲ ਜਾਵੇ, ਮਤਬਲ ਪੂਜੇ ਗੌਰ ਪੀਰਾ। ਮਤਲਬ ਇਹਦਾ ਮਤਲਬ ਤੁਹਾਨੂੰ ਸਮਝਾ ਦਿੰਦਾ ਹੈ, ਦੁਨੀਆ ਤਾਲਬ ਮਤਲਬ ਦੀ, ਤਾਲਬ ਹੁੰਦਾ ਹੈ ਚਾਹਣ ਵਾਲਾ, ਅਤੇ ਮਤਲਬ ਹੁੰਦਾ ਹੈ ਜਿਹੜਾ ਮਤਲਬ ਹੋਵੇ, ਜਿਹੜਾ ਕਿਸੇ ਦੇ ਨਾਲ ਮਕਸਦ ਹੋਵੇ ਉਹਨੂੰ ਜਾਣ ਦਾ। ਆਉਂਦੇ ਨੇ ਕਿ ਦੁਨੀਆ ਤਾਲਬ ਮਤਲਬ ਦੀ ਵੋ ਨੂੰ ਇਸਤੇਮਾਲ ਕੀਤਾ। ਅੱਜ ਕੱਲ੍ਹ ਅਸੀਂ ਕਹਿੰਦੇ ਨੇ ਉਹ ਭਾਈ, ਅਤੇ ਇਹ ਉਸ ਦੌਰ ਵਿੱਚ ਵੋ ਹੁੰਦਾ ਸਨ, ਵੋ। ਠੀਕ ਹੈ। ਬੁਲਾਉਣ ਵਾਸਤੇ ਹਰਫੇ ਨਦਾਈਆ ਜਿਹਨੂੰ ਆਖੀਦਾ ਹੈ। ਦੁਨੀਆ ਤਾਲਬ ਮਤਲਬ ਦੀ ਵੋ, ਸੱਚ ਸੁਣ ਵੋ ਫਕੀਰਾ, ਕਿ ਫਕੀਰਾ ਮੇਰੀ ਗੱਲ ਸੱਚ ਸੁਣ ਲਾ ਕਿ ਦੁਨੀਆ ਵਿੱਚ ਸਾਰੇ ਲੋਕ ਮਤਲਬੀ ਨੇ। ਠੀਕ ਹੈ। ਅਤੇ ਦੂਸਰੇ ਮਿਸਰੇ ਵਿੱਚ ਉਹ ਮਤਲਬ ਨੂੰ ਮਤਬਲ ਕਰ ਦਿੰਦੇ ਨੇ। ਇਹ ਵੀ ਪੰਜਾਬੀ ਵਿੱਚ ਮਤਲਬ ਅਤੇ ਮਤਬਲ ਦੋਨੋਂ ਵਰਡਸ ਇਸਤੇਮਾਲ ਕੀਤੇ ਜਾਂਦੇ ਨੇ। ਕੁਝ ਲੋਕ ਮਤਬਲ ਮਤਲਬ ਸਹੀ ਪ੍ਰੋਨਾਉਂਸ ਨਹੀਂ ਕਰ ਸਕਦੇ ਤਾਂ ਉਹਨੂੰ ਮਤਬਲ ਕਹਿ ਦਿੰਦੇ ਨੇ, ਲੇਕਿਨ ਪੰਜਾਬੀ ਵਿੱਚ ਇਹ ਆਮ ਰਾਇਜ ਹੈ। ਠੀਕ ਹੈ। ਮਤਬਲ ਆਵੇ ਮਤਬਲ ਜਾਵੇ, ਯਾਨੀ ਕੋਈ ਬੰਦਾ ਕਿਸੇ ਕੋਲ ਆਵੇ ਅਤੇ ਉਹ ਬੰਦਾ ਨਹੀਂ ਆਉਂਦਾ, ਉਹ ਮਤਲਬ ਆਉਂਦਾ ਹੈ, ਉਹਦੀ ਵਜ੍ਹਾ ਆਉਂਦੀ, ਉਹਦਾ ਮਕਸਦ ਆਉਂਦਾ ਹੈ, ਕਿਸ ਮਕਸਦ ਦੇ ਨਾਲ ਤੁਹਾਡੇ ਕੋਲ ਆਇਆ ਹੈ। ਮਤਬਲ ਜਾਵੇ, ਕੋਈ ਤੁਹਾਡੇ ਕੋਲ ਦੂਰ ਜਾਂਦਾ ਹੈ ਅਤੇ ਉਹ ਤੁਹਾਡੇ ਕੋਲ ਦੂਰ ਨਹੀਂ ਜਾ ਰਿਹਾ ਹੁੰਦਾ, ਉਹ ਆਪਣਾ ਮਤਲਬ ਜਿਹੜਾ ਹੈ ਉਹ ਲੈ ਕੇ ਜਾ ਰਿਹਾ ਹੁੰਦਾ ਹੈ।
ਤੇ ਮਤਬਲ ਪੂਜੇ ਗੌਰ ਪੀਰਾ, ਯਾਨੀ ਗੌਰ ਯਾਨੀ ਕਬਰਾਂ ਦੀ, ਜਿਹੜੀ ਲੋਕ ਪ੍ਰਸਤਿਸ਼ ਕਰਦੇ ਨੇ, ਜਾ ਕੇ ਕਬਰਾਂ ਦੇ ਉੱਤੇ ਬਹਿ ਜਾਂਦੇ ਨੇ, ਮਜ਼ਾਰਾਂ ਦੇ ਉੱਤੇ ਬਹਿ ਜਾਂਦੇ ਨੇ, ਪੀਰਾਂ ਦੇ ਕੋਲ ਜਾ ਕੇ ਬਹਿ ਜਾਂਦੇ ਨੇ, ਇਹ ਸਾਰਾ ਉਹਨਾਂ ਦਾ ਮਤਲਬ ਹੀ ਹੁੰਦਾ ਹੈ। ਕਿਸੇ ਦੀ ਔਲਾਦ ਨਹੀਂ ਹੋ ਰਹੀ, ਕਿਸੇ ਦਾ ਵਿਆਹ ਨਹੀਂ ਹੋ ਰਿਹਾ, ਕਿਸੇ ਦੇ ਹੋਰ ਮਸਲੇ ਨੇ, ਕਿਸੇ ਦੀ ਨੌਕਰੀ ਨਹੀਂ ਹੈ, ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਮਤਲਬ ਦੀ ਬਦੌਲਤ ਹੀ ਸਾਰਾ ਕੰਮ ਚੱਲ ਰਿਹਾ ਹੈ। ਇਹਦੇ ਵਿੱਚ ਕੋਈ ਇਖਲਾਸ ਜਾਂ ਖਲੂਸ ਨਹੀਂ ਹੈ। ਇੱਕ ਤਰ੍ਹਾਂ ਉਹਨਾਂ ਨੇ ਇਹ ਤਲਕੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਹਨਾਂ ਲੋਕਾਂ ਵਿੱਚ ਨਾ ਸ਼ਾਮਿਲ ਹੋਵੋ, ਤੁਸੀਂ ਫਕੀਰ ਬਣ ਕੇ ਪਾਸੇ ਬੈਠੇ ਰਹੋ, ਤੁਸੀਂ ਮਤਲਬ ਵਾਲੀ ਜਾਂ ਮਕਸਦ ਵਾਲੀ ਕਿਸੇ ਵੀ ਗੱਲ ਨੂੰ ਲੈ ਕੇ ਲੋਕਾਂ ਦੇ ਨਾਲ ਮੁਹੱਬਤ ਨਾ ਕਰੋ, ਓਪਨਲੀ ਕਰੋ, ਆਪਣੇ ਆਪ ਨੂੰ ਪਹਿਚਾਣ ਕੇ, ਆਪਣੇ ਜ਼ਰੂਰੀਅਤ ਘੱਟ ਕਰਕੇ ਲੋਕਾਂ ਦੇ ਨਾਲ ਇਨਸਾਨੀ ਲੈਵਲ ਦੇ ਉੱਤੇ ਮੁਹੱਬਤ ਕਰੋ, ਮਤਲਬ ਦੇ ਪਿੱਛੇ ਨਾ ਲੱਗੋ। ਅਤੇ ਮੀਆਂ ਮੁਹੰਮਦ ਬਖਸ਼ ਦਾ ਸ਼ੇਰ ਅਸਾਂ ਪੜ੍ਹਾਂਗੇ ਅੱਗੇ ਜਾ ਕੇ, ਉਹ ਇੱਥੇ ਆਉਂਦਾ ਹੈ ਕਿ ਦਾਨਿਸ਼ਮੰਦੋ ਸੁਣੋ ਤਮਨਾ ਤਮਾਮੀ, ਕਿਸ ਦਾਨਿਸ਼ਮੰਦੋ ਸਾਰੀ ਗੱਲ ਮੇਰੀ ਇਹ ਸੁਣੋ ਕਿ ਅਰਜ਼ ਫਕੀਰ ਕਰਿੰਦਾ ਕਿ ਮੈਂ ਇਹ ਅਰਜ਼ ਕਰ ਰਿਹਾ ਹੈ ਕਿ ਆਪੋ ਚੰਗਾ ਜੇ ਕੋਈ ਹੋਵੇ ਹਰ ਕੋਈ ਭਲਾ ਕਹਿੰਦਾ, ਜੇ ਆਪ ਚੰਗੇ ਹੋਵੋ ਨਾ ਤਾਂ ਹਰ ਕੋਈ ਅੱਛਾ ਤੁਹਾਨੂੰ ਵੇਖੇਗਾ, ਆਪ ਮਤਲਬ ਖਤਮ ਕਰ ਦਿਓ, ਆਪ ਮਕਸਦ ਦੇ ਨਾਲ ਮਿਲਣਾ ਖਤਮ ਕਰ ਦਿਓ, ਅਤੇ ਲੋਕ ਆਪੇ ਤੁਹਾਨੂੰ ਪਹਿਚਾਣ ਲੈਣਗੇ। ਅਤੇ ਇਹਨੂੰ ਤੁਸੀਂ ਰੈਫਰੈਂਸ ਦੇ ਤੌਰ 'ਤੇ ਲਿਖ ਸਕਦੇ ਹੋ, ਅਤੇ ਇਹਨੂੰ ਅਸੀਂ ਤਫਸੀਲ ਦੇ ਨਾਲ ਗਾਂ ਜਾ ਕੇ ਮੀਆਂ ਮੁਹੰਮਦ ਬਖਸ਼ ਦੇ ਟੌਪਿਕ ਵਿੱਚ ਪੜ੍ਹ ਲਵਾਂਗੇ।